ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਹੀ ਸਾਬਕਾ ਸੈਨਿਕਾਂ ਨੂੰ, ਜੀਓ ਜੀ ਨੂੰ, ਧਰਮੀ ਫੌਜੀਆਂ ਨੂੰ, ਕੁੱਲ ਮਿਲਾ ਕੇ ਆਲ ਸਾਬਕਾ ਸੈਨਿਕ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਜੋ ਸਾਡਾ ਮਖੂ ਦੇ ਵਿੱਚ ਇੱਕ ਸਾਧ ਨਾਲ ਇੱਕ ਸਾਡੇ ਕਾਰਗਿਲ ਭਵਨ ਨੂੰ ਕਬਜ਼ੇ 'ਚ ਲੈ ਲਿਆ ਉਹਨੇ, ਉਹਨੂੰ ਛੁਡਾਉਣ ਵਾਸਤੇ ਅੱਜ ਜੀਰੇ ਦੇ ਵਿੱਚ SDM ਦਫ਼ਤਰ ਦੇ ਮੂਹਰੇ ਅੱਜ ਧਰਨਾ ਹੈਗਾ ਹੈ। ਸਾਰੇ ਹੀ ਸਾਬਕਾ ਸੈਨਿਕਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ, ਖਾਸ ਕਰਕੇ ਤਰਨ ਤਾਰਨ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਇਹ ਸਾਰੇ ਹੀ ਸਾਬਕਾ ਸੈਨਿਕਾਂ ਨੂੰ, ਜੀਓ ਜੀ ਨੂੰ, ਧਰਮੀ ਫੌਜੀਆਂ ਨੂੰ ਬੇਨਤੀ ਹੈ ਕਿ ਅੱਜ ਤੁਸੀਂ 9 ਵਜੇ ਦੇ ਕਰੀਬ ਸਾਰੇ ਹੀ ਜੀਰਾ ਤਹਿਸੀਲ ਜਿੱਥੇ SDM ਦਫ਼ਤਰ ਹੈ ਉਹਦੇ ਮੂਹਰੇ ਧਰਨਾ ਦੇਣਾ ਔਰ ਮੰਗ ਪੱਤਰ ਦੇਣਾ ਅਤੇ ਔਰ ਪ੍ਰਸ਼ਾਸਨ ਨੂੰ ਚੈਲੇਂਜ ਕਰਨਾ ਕਿ ਸਾਡਾ ਕਾਰਗਿਲ ਭਵਨ ਜੇ ਨਾ ਛੱਡਿਆ ਤਾਂ ਉਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਸਾਬਕਾ ਸੈਨਿਕਾਂ ਨੂੰ ਕਾਲ ਦੇਵਾਂਗੇ ਔਰ ਧਰਨਾ ਲਾ ਕੇ ਬੈਠਾਂਗੇ। ਜਿੰਨਾ ਤੱਕ ਸਾਡਾ ਕਾਰਗਿਲ ਭਵਨ ਸਾਨੂੰ ਨਹੀਂ ਦਵਾਇਆ ਜਾਂਦਾ ਉਹਨਾਂ ਤੱਕ ਅਸੀਂ ਧਰਨਾ ਨਹੀਂ ਚੁੱਕਾਂਗੇ। ਅਸੀਂ ਇਨਸਾਫ ਪਸੰਦ ਲੋਕ ਹਾਂ, ਅਸੀਂ ਸ਼ਾਂਤੀਮਈ ਤਰੀਕੇ ਨਾਲ ਆਪਦਾ ਪ੍ਰੋਟੈਕਟ ਪੀਸਫੁੱਲੀ ਕਰਨਾ। ਅਸੀਂ ਸਾਰਿਆਂ ਨੂੰ ਬੇਨਤੀ ਹੈ ਫਿਰ ਕਿ ਵੱਧ ਤੋਂ ਵੱਧ ਫਿਰੋਜ਼ਪੁਰ, ਤਰਨ ਤਾਰਨ, ਮੋਗਾ, ਫਰੀਦਕੋਟ, ਇਹ ਸਾਰੇ ਹੀ ਜ਼ਿਲ੍ਹਿਆਂ ਦੇ ਨੂੰ ਬੇਨਤੀ ਹੈ ਕਿ ਅੱਜ 9 ਵਜੇ ਤੋਂ ਪਹਿਲਾਂ ਸਾਰੇ ਹੀ ਜੀਰਾ ਤਹਿਸੀਲ ਦੇ SDM ਦਫ਼ਤਰ ਦੇ ਮੂਹਰੇ 9 ਵਜੇ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।